Sangha Insulated Doors. We supply and install cold storage panels, doors flashing hardware, and refrigerations. More information available at 778-574-4500. SanghaInsulatedDoors.com. ਹੁਣ ਸਾਡੀ ਸਮਰ ਕੈਂਪ ਹੁੰਦੀ ਹੈ ਸੋ ਦੀ ਜੁਲਾਈ ਐਂਡ ਅਗਸਤ ਦੇ ਵਿੱਚ ਸਮਰ ਕੈਂਪ ਹੁੰਦੇ ਹਨ ਨਿਆਣੇ ਲਈ ਬੋਇਜ਼ ਐਂਡ ਗਰਲਸ ਲਈ 6 ਸਾਲ ਤੱਕ 15 16 ਈਅਰਸ ਓਲਡ ਤੱਕ ਅਸੀਂ ਕਰਦੇ ਇੱਥੇ ਬਟ ਸਾਡੀ ਹੁਣ ਟ੍ਰਾਈ ਆਊਟਸ ਆਉਣ ਲੱਗੇ ਆ ਸਾਡੀ ਨਵਾਂ ਸੀਜ਼ਨ ਲਈ ਫਾਲ ਸੀਜ਼ਨ ਸਪਟੈਂਬਰ 7th ਐਂਡ 8th ਇੱਥੇ ਹੋਣੀ ਆ ਨਾਲੇ ਇਹਦੀ ਸਾਡੀ ਨਿਊ ਸੀਜ਼ਨ ਸਾਡੀ ਟੀਮਸ ਆ ਜਿੱਦਾਂ ਅਮਰੀਕਾ ਦੇ ਵਿੱਚ ਖੇਡਦੇ ਆ ਇੱਥੇ ਲੀਗਾਂ ਵੀ ਖੇਡਦੇ ਆ ਉਹ ਟ੍ਰਾਈ ਆਊਟ ਬਹੁਤ ਵੱਡੀ ਹੋਣੀ ਆ ਇੱਥੇ ਗ੍ਰੇਡ 1 ਤੱਕ ਆਲ ਦ ਵੇ ਟੂ ਗ੍ਰੇਡ 11 ਤੱਕ ਹੋਣੀ ਆ ਇੱਥੇ ਟ੍ਰਾਈ ਆਊਟਸ ਫਸਟ ਵੀਕਐਂਡ ਆਫ ਸਪਟੈਂਬਰ ਸੋ ਉਹ ਅਸੀਂ ਵੈਰੀ ਐਕਸਾਈਟਡ ਆ ਕਿਉਂਕਿ ਸਾਡੇ ਨਿਆਣੇ ਹੁਣ ਬਹੁਤ ਵਧੀਆ ਖੇਡਦੇ ਆ ਕੋਈ ਯੂਨੀਵਰਸਿਟੀ ਨੂੰ ਜਾਂਦੇ ਆ ਹੁਣ ਸਾਡੇ ਕੋਲ ਜਿਹੜੇ ਛੋਟੇ ਨਿਆਣੇ ਆ ਉਹ ਬਹੁਤ ਖੇਡਦੇ ਆ ਬਹੁਤ ਸੋਹਣੇ ਖੇਡਦੇ ਆ ਅਸੀਂ ਦੇਖਾਂਗੇ ਉਹ ਕੀ ਬਣ ਸਕਦੇ ਹੁਣ ਨੈਕਸਟ ਈਅਰ 10 ਸਾਲ ਹੋਣਗੇ ਸੋ ਯਾ ਹੋ ਗਿਆ ਹੁਣ ਕਾਫੀ ਹੋ ਗਿਆ ਸਾਲਾਂ ਅਸੀਂ ਬਹੁਤ ਹਾਰਡ ਵਰਕ ਕੀਤੀ ਹੈ ਹੁਣ ਕੈਂਪ ਵੱਡਾ ਹੋ ਗਿਆ ਸਾਡੀ ਔਰਗਨਾਈਜੇਸ਼ਨ ਵੀ ਬਹੁਤ ਅੱਛੀ ਹੋ ਗਈ ਜਦੋਂ ਅਸੀਂ ਅਮਰੀਕਾ ਨੂੰ ਜਾਂਦੇ ਹਾਂ ਅਸੀਂ ਸਾਡੀ ਟੀਮਾਂ ਬਹੁਤ ਸੋਹਣੇ ਖੇਡਦੇ ਆ ਨਾਲੇ ਜਿਹੜੇ ਸਾਡੀ ਯੂਨੀਵਰਸਿਟੀ ਆ ਅਮਰੀਕਾ ਦੇ ਵਿੱਚ ਬਹੁਤ ਵਧੀਆ ਯੂਨੀਵਰਸਿਟੀ ਉਹ ਸਾਡੇ ਨਿਆਣੇ ਉੱਥੇ ਖੇਡਣ ਲੱਗ ਪਏ ਹੁਣ ਨਾਲੇ ਜਿਹੜਾ ਮੈਨ ਰੂਪ ਆ ਉਹ ਸਰੀ ਤੋਂ ਸਾਡੇ ਨਾਲ ਖੇਡਦਾ ਸੀ 5-6 ਸਾਲ ਉਹ ਕੈਨੇਡਾ ਲਈ ਖੇਡਿਆ ਸੀ ਆਹ ਸਮਰ ਦੇ ਵਿੱਚ ਬਾਸਕਟਬਾਲ ਵਿੱਚ ਪਾਸ਼ਾ ਬੈਂਸ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ BC ਵਿੱਚ ਬਾਸਕਟਬਾਲ ਦੇ ਕੋਚਾਂ ਵਿੱਚ ਪਾਸ਼ਾ ਬੈਂਸ ਦਾ ਨਾਮ ਮੂਰਲੀ ਕਤਾਰ ਵਿੱਚ ਆਉਂਦਾ ਹੈ ਆਹ ਬਹੁਤ ਹੈਲਪ ਕੀਤੀ ਸੀ ਜਦੋਂ ਅਸੀਂ ਪਹਿਲਾਂ ਸ਼ੁਰੂ ਕੀਤੀ ਸੀ ਸਾਡੇ ਕੋਲ ਹਾਫ ਕੋਰਟ ਏ ਸੀ ਛੋਟੀ ਜਿਹੀ ਜਿਮ ਫਿਰ ਅਸੀਂ ਇੱਥੇ ਗੋਲਡ ਜਿਮ ਨੂੰ ਗਏ ਸੀ ਇੱਥੇ ਰਿਚਮਿੰਡ ਦੇ ਵਿੱਚ ਉਹ ਇੱਕ ਕੋਰਟ ਏ ਸੀ ਹੁਣ ਇੱਥੇ ਤੁਸੀਂ ਦੇਖ ਲਓ ਇੱਥੇ 6 ਕੋਰਟਾਂ ਹੈਗੀਆਂ ਨਾਲੇ ਉੱਥੇ ਵੀ ਉੱਥੇ ਰਬਰ ਟਰੈਕ 'ਤੇ ਅਸੀਂ ਦੋ 3 ਕੋਰਟ ਉੱਥੇ ਵੀ ਬਣਾਉਂਦੇ ਆ ਸੋ ਹੁਣ ਅਸੀਂ ਜਦੋਂ ਤੁਸੀਂ ਇਹ ਕੈਂਪ ਦੇਖਦੇ ਆ 4 ਕੋਰਟ ਹੁੰਦੇ ਆ ਉੱਥੇ ਆਹਾ ਕੋਰਟ ਉੱਥੇ ਵੀ ਮੇਰਾ ਖਿਆਲ ਹੁਣ 100 ਨਿਆਣੇ ਹੋਣੇ ਆ ਖੇਡਣ ਲਈ ਨਾਲੇ ਜਦੋਂ ਅਸੀਂ ਸਾਡੇ ਪਹਿਲਾਂ ਫੈਸਿਲਿਟੀਜ਼ ਨਾਲ ਇੱਦਾਂ ਦੇ ਕੈਂਪ ਨਹੀਂ ਹੋ ਸਕਦੀ ਨਾਲੇ ਦੇਖੋ ਕਿੰਨਾ ਸੋਹਣਾ ਆ ਇੱਥੇ ਨਾਲੇ ਇੱਥੇ ਵੇਟ ਰੂਮ ਵੀ ਹੈਗੀ ਆ ਉੱਪਰ ਟਰੈਕ ਵੀ ਹੈਗਾ ਆ ਉੱਥੇ ਸੋ ਅਸੀਂ ਸਾਰੇ ਪ੍ਰੋਗਰਾਮ ਮੋਰ ਪ੍ਰੋਫੈਸ਼ਨਲ ਹੋ ਗਏ ਸੀ ਨਾਲੇ ਸਾਡੇ ਕੋਲ ਡਿਫਰੈਂਟ ਟ੍ਰੇਨਿੰਗ ਪ੍ਰੋਗਰਾਮਸ ਵੀ ਹੋ ਗਏ ਸੀ ਨਾਲੇ ਜਿਹਦੇ ਬਹੁਤ ਅੱਛੇ ਮੂਵ ਸੀ ਹੁਣ ਜਨਵਰੀ ਦੇ ਵਿੱਚ ਅਸੀਂ 2 ਸਾਲ ਐਨੀਵਰਸਰੀ ਹੋਊਗੀ ਜਿਹੜੀ ਮੈਂ ਸਾਰੇ ਨਿਆਣੇ ਜੇ ਖੇਡਣਾ ਮੰਗਦੇ ਆ ਯੂਨੋ ਵਧੀਆ ਪ੍ਰੋਗਰਾਮ ਦੇ ਵਿੱਚ ਆ ਜਾਓ ਵਧੀਆ ਟੀਚਿੰਗ ਲੈ ਲਓ ਨਾਲੇ ਛੋਟੇ ਹੁਣ ਸ਼ੁਰੂ ਕਰਨਾ ਪੈਣਾ ਹੁਣ ਜੇ ਗ੍ਰੇਡ 7 ਜਾਂ ਗ੍ਰੇਡ 8 ਆ ਹੁਣ ਟੂ ਲੇਟ ਹੋ ਗਿਆ ਕਿਉਂਕਿ ਸਾਰੇ ਨਿਆਣੇ ਹੁਣ ਜਿਹੜੇ ਜਾਂਦੇ ਆ ਕਿਤੇ ਬੈਸਕਟਬਾਲ ਦੇ ਵਿੱਚ ਬਹੁਤ ਸੀਰੀਅਸ ਹੁੰਦੇ ਆ ਜੇ ਗ੍ਰੇਡ 3 ਗ੍ਰੇਡ 4 ਗ੍ਰੇਡ 5 ਸੋ ਜੇ ਖੇਡਣਾ ਮੰਗਦੇ ਠਹਿਰਨਾ ਨਹੀਂ ਚਾਹੀਦਾ ਕਿਉਂਕਿ ਜਿਹੜੇ ਅਮਰੀਕਾ ਦੇ ਵਿੱਚ ਨਿਆਣੇ ਆ ਇੱਥੇ ਵੀ ਨਿਆਣੇ ਸਾਰੇ ਜਿਹੜੇ ਯੂਨੋ ਅੱਛੇ ਉੱਪਰ ਜਾਂਦੇ ਆ ਉਹ ਬਹੁਤ ਅਰਲੀ ਸਟਾਰਟ ਕਰਦੇ ਆ ਹੁਣ ਸਾਡੇ ਮੇਰੇ ਕੋਲ ਦੋਸਤ ਹੈਗੇ ਕਹਿੰਦੇ ਉਹ ਮੈਂ ਤੇਰੇ ਨਾਲ ਆਊਂਗਾ ਗ੍ਰੇਡ 8 ਦੇ ਵਿੱਚ ਜਾਂ ਗ੍ਰੇਡ 9 ਦੇ ਵਿੱਚ ਮੈਂ ਉਹਨੂੰ ਦੱਸਦਾ ਤੁਸੀਂ ਟੂ ਲੇਟ ਹੋ ਜਾਣਾ ਯੂਨੋ ਲਾਈਕ ਸਾਰੇ ਨਿਆਣੇ ਇੱਥੇ ਜੇ ਖੇਡਦੇ ਆ ਹੁਣ ਗ੍ਰੇਡ 3 ਗ੍ਰੇਡ 4 ਜਾਂ ਟੂ ਲੇਟ ਹੋ ਗਿਆ ਹੁਣ ਰਿਚਮੰਡ ਓਲੰਪਿਕ ਓਵਲ ਵਿੱਚ ਪਾਸ਼ਾ ਬੈਂਸ ਆਪਣਾ ਕੋਚਿੰਗ ਕੈਂਪ ਚਲਾ ਰਿਹਾ ਹੈ ਜਿਸ ਵਿੱਚ ਸੈਂਕੜੇ ਬੱਚੇ ਹਿੱਸਾ ਲੈਂਦੇ ਹਨ ਪਤਾ ਬੈਸਕਟਬਾਲ ਦੀ ਸੈਵਰਲ ਰੀਜ਼ਨ ਹੋਣੇ ਆ ਪਰ ਬੈਸਕਟਬਾਲ ਵੀ ਈਜ਼ੀ ਗੇਮ ਖੇਡਣ ਲਈ ਆ ਬਾਲ ਹੀ ਚਾਹੀਦੀ ਆ ਜਾਂ ਹੂਪ ਹੀ ਚਾਹੀਦਾ ਜਾਂ ਨਾਲੇ ਨਿਆਣੇ ਨੂੰ ਬਹੁਤ ਪਾਪੂਲਰ ਬਹੁਤ ਫਨ ਆਉਂਦੀ ਆ ਬੈਸਕਟਬਾਲ ਦੇ ਵਿੱਚ ਕ੍ਰੀਏਟਿਵਿਟੀ ਬਹੁਤ ਆ ਜਿੱਦਾਂ ਡਿਫਰੈਂਟ ਮੂਵਸ ਆ ਡਿਫਰੈਂਟ ਪਲੇਅਰਸ ਨੂੰ ਦੇਖ ਕੇ ਉਹ ਮੈਂ ਇੱਦਾਂ ਦਾ ਮੂਵ ਕਰਨਾ ਜਾਂ ਮੈਂ ਆਹ ਯੂਨੋ ਇੱਥੇ ਖੇਡਣਾ ਆ ਜਾਂ ਨਾਲੇ TV ਨਾਲੇ ਇੰਟਰਨੈਟ ਬਹੁਤ ਜੇ ਈਵਨ ਦੋ ਅਸੀਂ ਸਾਡੇ ਕੋਲ ਟੀਮ ਹੈ ਨੇ ਇੱਥੇ ਬੈਸਕਟਬਾਲ ਵੈਰੀ ਕਲੋਸ ਆ ਨਿਆਣੇ ਲਈ ਰਾਈਟ ਕਿੰਨੇ ਯੂਟਿਊਬ ਦੇ ਵੀਡੀਓ ਆ ਨਾਲੇ ਯੂਨੋ NBA TV ਆਉਂਦੀ ਆ ਸਾਰਾ ਦਿਨ ਜੇ ਇੱਥੇ ਟੀਮ ਹੋਇਆ ਸੀ ਫਿਰ ਵਧੀਆ ਹੋਊਗੀ ਬਟ ਮੇਰਾ ਖਿਆਲ ਇੰਨਾ ਫਰਕ ਨਹੀਂ ਪੈਂਦਾ ਆ ਕਿਉਂਕਿ ਸਾਡੇ ਨਿਆਣੇ ਬਹੁਤ ਲਾਈਕ ਕਰਦੇ ਬੈਸਕਟਬਾਲ ਨਾਲੇ ਹੁਣ ਮਿੰਡੀ ਮਿਨਾਸ ਹੋ ਗਿਆ ਵੈਂਕੂਵਰ ਦੇ ਵਿੱਚ ਹੁਣ ਮੈਨ ਰੂਪ ਹੋ ਗਿਆ ਥੋੜ੍ਹਾ ਜਿਹਾ ਕੁੜੀਆਂ ਵੀ ਬਹੁਤ ਸੋਹਣੇ ਖੇਡਦੇ ਆ ਹੁਣ ਸਾਰੇ ਦੇ ਜਿਹੜੇ ਛੋਟੇ ਆ ਉਹ ਤੋਂ ਦੇਖਦੇ ਕਹਿੰਦੇ ਓਕੇ ਹੁਣ ਮੈਂ ਵੀ ਇੱਦਾਂ ਹੀ ਹੋ ਸਕਦਾ ਜਦੋਂ ਪਹਿਲਾਂ ਆਉਂਦੇ ਅਸੀਂ ਵਰਕ ਐਥਿਕ ਜਿੱਦਾਂ ਲਵ ਆਫ ਦ ਗੇਮ ਇੰਜੋਇਮੈਂਟ
ਬਹੁਤ ਇੱਦਾਂ ਇਹਦਾ ਫੋਕਸ ਕਰਦੇ ਆ ਬਟ ਜਦੋਂ ਹੁਣ ਹਾਈ ਸਕੂਲ ਦੇ ਵਿੱਚ ਹੁੰਦੇ ਫਿਰ ਅਸੀਂ ਬਹੁਤ ਸੀਰੀਅਸ ਫੰਡਾਮੈਂਟਲਸ ਟ੍ਰੇਨਿੰਗ ਕਰਦੇ ਹਾਂ ਜਿੱਦਾਂ ਕਿਹੜੇ ਮੂਵਸ ਕਰਨੇ ਆ ਜਿੱਦਾਂ ਕਿੱਦਾਂ ਖੇਡਣਾ ਆ ਕਿੱਦਾਂ ਦਾ ਸਕਰੀਨਿੰਗ ਕਰਨਾ ਇੱਦਾਂ ਯੂ ਨੋ ਜਿੱਦਾਂ ਦਿਮਾਗ ਦਾ ਮਾਇੰਡ ਸੈੱਟ ਕੀ ਹੋਣਾ ਆ ਕਿੱਦਾਂ ਦਾ ਗੋਲ ਸੈਟਿੰਗ ਕਰਨੀ ਆ ਜਿੱਦਾਂ ਕਿੱਦਾਂ ਯੂ ਨੋ ਤੇਰੀ ਸਵੇਰੇ ਉੱਠ ਕੇ ਯੂ ਨੋ ਮਿਹਨਤ ਕਰਕੇ ਸਕੂਲ ਤੋਂ ਬਾਅਦ 'ਚੋਂ ਮਿਹਨਤ ਕਰਕੇ ਅਸੀਂ ਇੱਦਾਂ ਦੇ ਕਰਦੇ ਹਾਂ ਬਹੁਤ ਇੱਦਾਂ ਦਾ ਸਿਖਾਉਣਾ ਚਾਹੀਦਾ ਜਿੱਦਾਂ ਵਿਦਆਊਟ ਹਾਰਡ ਵਰਕ ਕੁਛ ਨਹੀਂ ਹੋ ਸਕਦਾ ਸੋ ਅਸੀਂ ਬਾਸਕਟਬਾਲ ਦੀ ਫੰਡਾਮੈਂਟਲਸ ਬਹੁਤ ਟ੍ਰੇਨ ਕਰਦੇ ਸਕਿੱਲ ਟ੍ਰੇਨਿੰਗ ਬਟ ਜਿਹੜੀ ਲਾਈਫ ਸਕਿੱਲਸ ਆ ਉਹ ਵੀ ਬਹੁਤ ਅਸੀਂ ਪੁੱਛ ਕਰਦੇ ਹਾਂ ਕਿਉਂਕਿ ਸਾਡੀ ਕੈਂਪ ਇੱਥੇ ਥੋੜ੍ਹਾ ਜਿਹਾ ਫੈਮਲੀ ਵਰਗੀ ਆ ਅਸੀਂ ਸਾਰੀ ਸਾਰੇ ਨੂੰ ਯੂ ਨੋ ਸਾਰੇ ਦੋਸਤ ਆ ਜੇ ਕੋਚਿਸ ਨਾਲ ਨਿਆਣੇ ਨਾਲ ਗੱਲ ਕਰਦੇ ਸਾਰਾ ਦਿਨ ਬਹੁਤ ਮੈਂਟਰਸ਼ਿਪ ਹੁੰਦੀ ਆ ਪੰਜਾਬੀ ਮੂਲ ਦੇ ਬੱਚੇ ਵੀ ਬਾਸਕਟਬਾਲ ਵਿੱਚ ਕਾਫੀ ਮੱਲਾਂ ਮਾਰ ਰਹੇ ਹਨ ਅਤੇ ਪਾਸ਼ਾ ਬੈਂਸ ਤੋਂ ਕੋਚਿੰਗ ਲੈ ਕੇ ਉਹ ਆਪਣੀ ਖੇਡ ਨੂੰ ਹੋਰ ਅੱਗੇ ਲਿਜਾ ਰਹੇ ਹਨ ਬਾਸਕਟਬਾਲ ਦੇ ਵਿੱਚ ਉਹ ਬਹੁਤ ਹੁਣ ਤਾਂ ਮੇਰੇ ਖਿਆਲ ਰੈਸਲਿੰਗ ਵੀ ਬਹੁਤ ਪਾਪੂਲਰ ਆ ਸੋਕਰ ਵੀ ਪਾਪੂਲਰ ਪਰ ਮੇਰੇ ਖਿਆਲ ਬਾਸਕਟਬਾਲ ਉੱਥੇ ਹੋ ਗਏ ਹੁਣ ਜਿਹੜੇ ਸਾਰੇ ਯੰਗ ਨਿਆਣੇ ਆ ਉਹ ਸਕੂਲ ਦੇ ਵਿੱਚ ਖੇਡਦੇ ਕਲੱਬ ਬਾਸਕਟਬਾਲ ਵੀ ਬਹੁਤ ਵੱਡਾ ਹੋ ਗਿਆ ਇੱਥੇ ਸੋ ਮੇਰੇ ਖਿਆਲ ਈਵਨ ਪਾਰ ਹੋ ਗਿਆ ਯੂ ਨੋ ਜਿਹੜੀ ਪਾਪੂਲੈਰਿਟੀ ਦੇ ਨਾਲ ਆ ਸਾਰੇ ਖੇਡਦੇ ਬੋਇਸ ਗਰਲਸ ਬਹੁਤ ਵੱਡਾ ਹੋ ਗਿਆ ਨਾਲ ਜੇ ਹਾਈ ਸਕੂਲ ਦੇ ਵਿੱਚ ਲੋਟ ਆਫ ਦਾ ਬੈਸਟ ਪਲੇਅਰਸ ਉਹ ਆਪਣੇ ਹੋ ਗਏ ਸੋ ਇਹ ਮੇਰੇ ਲਈ ਇੱਥੇ ਬਹੁਤ ਬਹੁਤ ਪ੍ਰਾਈਡ ਆ ਦੇਖਣ ਲਈ ਉਹ ਬਹੁਤ ਫਰਕ ਆ ਹੁਣ ਯਾ ਅਸੀਂ ਸਾਨੂੰ ਸਿਖਾਉਂਦਾ ਨਹੀਂ ਸੀ ਕੋਈ ਅਸੀਂ ਉੱਦਾਂ ਹੀ ਖੇਡਦੇ ਸੀ ਸਾਨੂੰ ਕੋਈ ਮੂਵਸ ਨਹੀਂ ਦਿਖਾਉਂਦਾ ਸੀ ਕੋਈ ਯੂਨੋ ਇੱਦਾਂ ਦੇ ਕੈਂਪ ਨਹੀਂ ਸੀ ਨਾਲੇ ਸਾਡੇ ਕੋਲ ਜਿਮ ਵੀ ਨਹੀਂ ਹੈਗਾ ਸੀ ਅਸੀਂ ਬਾਹਰੇ ਖੇਡਦੇ ਸੀ ਜਾਂ ਘਰ ਦੇ ਮੋਹਰੇ ਖੇਡਦੇ ਸੀ ਰਾਈਟ ਹੁਣ ਸਾਰਾ ਜਦੋਂ ਨਿਆਣੇ ਤੋਂ ਛੋਟੇ ਛੋਟੇ ਨਿਆਣੇ ਤੋਂ ਸਿਖਾਉਂਦੇ ਆ ਸਾਰੇ ਯੂਨੋ ਜਿੱਦਾਂ ਮੈਂ ਆ ਜਿੱਦਾਂ ਦੂਸਰੇ ਪਲੇਅਰ ਆ ਹੁਣ ਖਤਮ ਹੋ ਗਏ ਖੇਡਣ ਲਈ ਬਹੁਤ ਸਿਖਾਉਂਦੇ ਆ ਨਾਲੇ ਇਸੇ ਕਰਕੇ ਮੇਰੇ ਖਿਆਲ ਹੋਰ ਨਿਆਣੇ ਵਧੀਆ ਖੇਡਦੇ ਆ ਨਾਲੇ ਉਹਦੀ ਲੈਵਲ ਵੀ ਸਾਰੇ ਦੇ ਲੈਵਲ ਵੀ ਥੋੜ੍ਹਾ ਜਿਹਾ ਉੱਚੀ ਹੋ ਗਏ ਹੁਣ ਨਾਲੇ ਜਿਹੜੀ ਸਾਰੇ ਆਪਣੇ ਦੇ ਕੋਚਿਸ ਆ ਬਹੁਤ ਹੈਗੀਆਂ ਹੁਣ ਜਦੋਂ ਮੈਂ ਖੇਡਦਾ ਸੀ ਇੰਨੇ ਆਪਣੇ ਕੋਚਿਸ ਹੈ ਨਹੀਂ ਸੀ ਜੇ ਬੋਇਜ਼ ਜਾਂ ਗਰਲਸ ਹੁਣ ਸਾਡੇ ਰੋਲ ਮਾਡਲ ਵੀ ਹੋ ਗਏ ਯੂ ਨੋ ਨਿਆਣੇ ਦੇਖਦੇ ਆ ਉਹ ਮੈਂ ਜੇ ਪਾਸ਼ਾ ਇੱਦਾਂ ਕੀਤਾ ਸੀ ਜਾਂ ਕੋਈ ਹੋਰ ਇੱਦਾਂ ਕੀਤਾ ਸੀ ਮੈਂ ਵੀ ਇੱਦਾਂ ਹੋ ਸਕਦਾ ਜਾਂ ਉਹ ਤੋਂ ਵੱਡਾ ਹੋ ਸਕਦਾ ਸਾਡੀ ਵੈਬਸਾਈਟ ਮੇਨਲੀ ਯੂ ਨੋ ਮੋਸਟ ਪਾਪੂਲਰ ਰਜਿਸਟ੍ਰੇਸ਼ਨ ਲਈ ਵਹੀਕਲ ਆ ਸਾਡੇ ਲਈ ਉੱਥੇ drivebasketball.com ਨਾਲੇ ਸਾਡੀ ਫੋਨ ਨੰਬਰ 604-818-7526 ਨਾਲੇ ਜਿਹੜੀ ਅਸੀਂ ਸਾਡੀ ਫੇਸਬੁੱਕ ਪੇਜ ਵੀ ਬਹੁਤ ਪਾਪੂਲਰ ਹੋ ਗਏ ਉੱਥੇ ਸਾਡੇ ਪੇਰੈਂਟਸ ਨਾਲੇ ਨਿਆਣੇ ਉੱਥੇ ਫੇਸਬੁੱਕ 'ਤੇ ਜਾਂਦੇ ਵੀਡੀਓ ਦੇ ਸਾਡੇ ਨਿਆਣੇ ਖੇਡਣ ਦੇਖਦੇ ਜਾਂ ਰਜਿਸਟ੍ਰੇਸ਼ਨ ਜਾਂ ਟੀਮਾਂ ਕਦੋਂ ਟਰਾਈਆਊਟਸ ਕਦੋਂ ਹੋਣੇ ਆ ਸਾਰਾ ਇਨਫੋਰਮੇਸ਼ਨ ਉੱਥੇ ਫੇਸਬੁੱਕ 'ਤੇ ਹੁੰਦੇ ਉੱਥੇ ਡਰਾਈਵ ਬਾਸਕਟਬਾਲ ਫੇਸਬੁੱਕ ਸੋ ਯਾ ਵੈਬਸਾਈਟ ਫੇਸਬੁੱਕ ਜਾਂ ਫੋਨ ਨੰਬਰ ਈਜ਼ੀ ਆ ਨਾਲੇ ਸਾਡੇ ਈਮੇਲ ਵੀ ਈਜ਼ੀ ਆ info@drivebasketball.com ਇਸ ਕੈਂਪ ਬਾਰੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਸਾਨੂੰ ਫੋਨ ਜਾਂ ਈਮੇਲ ਕਰ ਸਕਦੇ ਹੋ ਢਿੱਲੋਂ ਸਟੂਡੀਓਜ਼ ਵੀ ਹੈਵ 10 ਈਅਰਸ ਆਫ ਐਕਸਪੀਰੀਅੰਸ ਇਨ ਵੀਡੀਓ ਪ੍ਰੋਡਕਸ਼ਨ ਐਂਡ ਫੋਟੋਗ੍ਰਾਫੀ ਸਰਵਿਸਿਸ ਫੋਰ ਐਵਰੀ ਇਵੈਂਟ ਮੋਰ ਇਨਫੋਰਮੇਸ਼ਨ ਇਜ਼ ਅਵੇਲੇਬਲ ਐਟ 604-773-4258 ਔਰ ਆਨਲਾਈਨ ਐਟ ਢਿੱਲੋਂਸਟੂਡੀਓਜ਼.com